ਸਾਰਿਆਂ ਤੋਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ, ਜਿੰਨੇ ਵੀ ਆਪਣੇ ਚੈਨਲ 'ਤੇ ਜੁੜੇ ਨੇ ਬਾਈ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲੈਣ। ਆਪਾਂ ਤਾਂ ਅੱਜ ਗੱਲ ਕਰਦੇ ਹਾਂ, ਬੜੀ ਖੁਸ਼ੀ ਦੀ ਗੱਲ ਵੀ ਹੈ ਬਾਈ, ਵੀ ਕਹਿੰਦੇ ਸੀਗੇ ਆਪਾਂ ਨੂੰ ਮੀਂਹ ਦੀ ਜ਼ਰੂਰਤ ਹੈ ਬਾਈ, ਅਤੇ ਦਾਤੇ ਨੇ ਸਭ ਦੇ ਰੰਗ ਭਗ ਲਾਤੇ ਬਾਈ, ਵਧੀਆ ਸੁਣ ਲਈ ਦਾਤੇ ਨੇ, ਅਤੇ ਸਾਰਿਆਂ ਦੇ ਝੋਨਿਆਂ ਦੇ ਵਿੱਚ ਪਾਣੀ ਹੈ ਬਾਈ, ਅਤੇ ਥੋੜ੍ਹੀ ਜਿਹੀ ਗੌਰ ਜ਼ਰੂਰ ਕਰਨਾ ਅਤੇ ਪਾਣੀ ਦਾ ਪ੍ਰਬੰਧ ਵੀ ਜ਼ਰੂਰ ਰੱਖਣਾ। ਆਪਣੇ ਕੋਲ ਤਾਂ ਬੋਰ ਸੀਗੇ ਜੀ ਪੁਰਾਣੇ, ਉਹਨਾਂ ਦੇ ਵਿੱਚ ਆਪਾਂ ਕੱਢਤਾ ਅਤੇ ਪਾਣੀ, ਕਿਉਂਕਿ ਜ਼ਿਆਦਾ ਪੈ ਗਿਆ ਸੀ ਪਾਣੀ, ਇਹ ਵਾਹਣਾਂ ਦੇ ਵਿੱਚ ਖੜਦਾ ਪਾਣੀ ਬਹੁਤ ਜ਼ਿਆਦਾ ਹੈ, ਅਤੇ ਆਹ ਮੱਕ ਦੇ ਵਿੱਚ ਦੇਖੋ ਪਾਣੀ ਯਾਰ, ਬੈੱਡ ਬੁੱਡ ਸਭ ਡੁਬੋਤੇ ਸੀਗੇ, ਬਾਕੀ ਹਜੇ ਤਾਂ ਟਾਈਮ ਬਹੁਤ ਹੋ ਗਿਆ, ਰਾਤ ਵਾਲਾ ਮੀਂਹ ਬਹੁਤ ਜ਼ਿਆਦਾ ਸੀਗਾ। ਦੇਖੋ ਬਈ ਗੌਰ ਦੇ ਨਾਲ, ਆਹ ਦੇਖੋ ਵੱਟਾਂ ਨਹੀਂ ਦੀਆਂ ਝੋਨੇ ਦੀਆਂ, ਆ ਪਨੀਰੀ ਵੀ ਡੁੱਬ ਗਈ ਸੀ ਅਤੇ ਪਨੀਰੀ ਨੂੰ ਭਾਲ ਕਰਨ ਦੇ ਲਈ ਪਾਣੀ ਪੂਣੀ ਦੀ ਨਿਕਾਸੀ ਕੀਤੀ ਹੈ। ਦੇਖੋ ਬਈ ਨਰਮਿਆਂ ਦਾ ਵੀ ਬਹੁਤ ਪਾਣੀ ਖੜ੍ਹਾ ਹੈ, ਦੇਖੋ ਜੀ ਜਮਾਂ ਬੈੱਡ ਉੱਤੋਂ ਤਾਂ ਹੀ ਪਾਣੀ ਖੜਾਤਾ ਸੀ ਬਾਈ, ਅਤੇ ਮੱਕੀ ਦੇ ਵਿੱਚ ਤਾਂ ਚੱਲ ਕੋਈ ਨੁਕਸਾਨ ਨਹੀਂ, ਪਾਣੀ ਠੰਡਾ ਹੀ ਰਹਿੰਦਾ ਹੈ। ਜੀਰੀ ਦੇ ਵਿੱਚ ਥੋੜ੍ਹਾ ਨੁਕਸਾਨ ਹੈ, ਜੇ 2 ਦਿਨ ਪਾਣੀ ਰੁਕ ਗਿਆ ਬਾਈ ਜੀ ਤਾਂ ਪੱਤੇ ਡੁੱਬ ਕੇ ਛੋਟੇ ਜਿਹੜੇ ਬੂਟੇ ਹੈ ਪੌਦੇ ਹੈ ਜਿਹੜੇ ਛੋਟੇ ਉਹ ਮਰ ਜਾਣਗੇ, ਉਸ ਤੋਂ ਬਾਅਦ ਆਪਾਂ ਨੂੰ ਉਹ ਵਰਾਇਟੀ ਮਿਲਣੀ ਵੀ ਨਹੀਂ, ਠੀਕ ਹੈ ਨਾ ਬਾਈ। ਅਤੇ ਮੌਸਮ ਦੇਖ ਕੇ ਪਾਣੀ ਪਾਇਆ ਕਰੋ ਬਾਈ, ਕਿਉਂਕਿ ਆਪਾਂ ਨੂੰ ਅੱਜ ਕੱਲ੍ਹ ਤਾਂ ਫੋਨ ਇੰਟਰਨੈਟ ਦਾ ਜ਼ਮਾਨਾ ਹੈ, ਪਤਾ ਲੱਗ ਹੀ ਜਾਂਦਾ ਹੈ, ਬਾਕੀ ਕੋਈ ਪਰਮਾਤਮਾ ਦੇ ਘਰ ਦਾ ਜਿੱਥੇ ਨਹੀਂ ਰੱਖਣਾ ਉੱਥੇ ਹੀ ਰਹਿਣਾ ਹੈ। ਤਾਂ ਕੋਈ ਪਤਾ ਨਹੀਂ, ਅਤੇ ਆਹ ਦੇਖੋ ਬਾਈ ਮੱਕੀ 'ਚ ਪਾਣੀ ਜਮ੍ਹਾਂ ਡੁੱਲੂ ਡੁੱਲੂ ਕਰਦਾ, ਅਤੇ ਸਾਰੀ ਭਰੀ ਪਈ ਮੱਕੀ, ਅਤੇ ਆਹ ਦੇਖੋ ਬਈ ਨਰਮਿਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ, ਹੁਣ ਕੇਰਾ ਮੀਂਹ ਬਹੁਤ ਵਧੀਆ ਪੈ ਗਿਆ, ਅਤੇ ਆਪਾਂ ਨੂੰ ਹੁਣ ਵਾਲੀ ਕਹਿ ਸਕਦੇ ਹਾਂ ਵੀ ਜ਼ਰੂਰਤ ਨੇ, ਹੁਣ ਠਹਿਰ ਠਹਿਰ ਕੇ ਜੇ ਮੀਂਹ ਪੈਂਦਾ ਰਹੇ ਤਾਂ ਵਧੀਆ ਬਾਈ, ਇੱਕੇ ਦਮ ਫਿਰ ਜ਼ਿਆਦਾ ਜਿੰਨਾ ਫਾਇਦਾ ਉਨਾ ਨੁਕਸਾਨ ਵੀ ਹੋ ਜਾਂਦਾ, ਠੀਕ ਹੈ ਜੀ। ਅਤੇ ਮੱਕੀ ਦੇਖੋ ਇਸ ਵਾਰ ਕਿਵੇਂ ਦੀ ਹੈ, ਛੱਲੀਆਂ ਤਾਂ ਲੱਗ ਗਈਆਂ ਮੱਕੀ ਨੂੰ, ਅਤੇ ਛੱਲੀਆਂ ਤਾਂ ਪੱਕੀਆਂ ਹੋ ਗਈਆਂ ਬਾਈ, ਅਤੇ ਆਪਾਂ ਬਸ 15 ਕੁ ਦਿਨਾਂ ਨੂੰ ਇਹਦਾ ਚਾਰ ਪਾ ਦਾਂਗੇ ਮੱਕੀ ਦਾ। ਇਸ ਵਾਰ ਥੋੜ੍ਹੀ ਜਿਹੀ ਹਾਈਟ ਜ਼ਰੂਰ